ਰਿਐਕਸ਼ਨ ਕਿਵੇਂ ਦਾ ਸੀਗਾ ਜਦੋਂ ਸਥਾਨਕ ਅਫਸਰ ਨੰਬਰ ਆਏ ਮੈਰਿਟ ਦੇ ਵਿੱਚ ਸਥਾਨ ਸੀ ਸਤਵਾਂ ਜ਼ਿਲ੍ਹੇ ਦੇ ਵਿੱਚ ਤੁਸੀਂ ਸਥਾਨ ਲਿਆ ਕਿਵੇਂ ਦਾ ਲੱਗ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਸੀ ਇੱਕ ਸੁਪਨਾ ਸੀ ਜਿਵੇਂ ਇੱਕ ਸੱਚ ਹੋ ਗਿਆ ਤੇ ਟੀਚਰਸ ਬਹੁਤ ਹੈਪੀ ਸੀ ਇਹਦੇ ਨਾਲ ਤੇ ਉਹ ਬਹੁਤ ਇਨਕਰੇਜ ਕਰਦੇ ਆ ਹਮੇਸ਼ਾ ਮੈਨੂੰ ਸਪੋਰਟ ਕਰਦੇ ਆ ਤੇ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਸੀ ਔਰ ਜਿਹੜੇ ਨਾਲ ਰਿਲੇਟਿਵ ਫਰੈਂਡਸ ਸਾਰੇ ਬਹੁਤ ਹੀ ਖੁਸ਼ ਸੀ ਬਹੁਤ ਸੀ ਪੂਰੇ ਸਾਲ ਦੀ ਮਿਹਨਤ ਸੀ ਉਹਨੂੰ ਮੁੱਖ ਰੱਖਦਾ ਬਹੁਤ ਜ਼ਿਆਦਾ ਨਰਵਸਨੈਸ ਸੀ ਉਸ ਤੋਂ ਪਹਿਲਾਂ ਜਦੋਂ ਇੱਕ ਰਾਤ ਮੈਨੂੰ ਨੀਂਦ ਨਹੀਂ ਆਈ ਸੀ ਇੰਨਾ ਮਾਣ ਵਧਾਇਆ ਤੁਹਾਡਾ ਪੂਰੇ ਜ਼ਿਲ੍ਹੇ ਦੇ ਵਿੱਚ ਸਤਵਾਂ ਸਥਾਨ ਲਿਆ ਕੀ ਰਿਐਕਸ਼ਨ ਸੀ ਤੁਹਾਡਾ ਮੈਂ ਉਸ ਵੇਲੇ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਸਾਡੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਸੀਗਾ ਸਾਨੂੰ ਸਮਝ ਨਹੀਂ ਆਉਂਦੀ ਸੀ ਕਿ ਅਸੀਂ ਹੁਣ ਇਸ ਟਾਈਮ ਕਰੀਏ ਕੀ ਜਦੋਂ ਸਾਨੂੰ ਜੱਸ ਦਾ ਪਤਾ ਲੱਗਿਆ ਕਿਵੇਂ ਸਟੱਡੀ ਨੂੰ ਲੈ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਮੈਮ ਜਦੋਂ ਇਹਦਾ ਟੈਨਸ਼ਨ ਲੈਂਦੀ ਹੁੰਦੀ ਅਸੀਂ ਇਹਨੂੰ ਫਿਰ ਬਾਹਰ ਲੈ ਜਾਂਦੇ ਹੁੰਦੇ ਇਹਦੇ ਪਾਪਾ ਫਿਰ ਇਹਨੂੰ ਇੱਦਾਂ ਘੁਮਾ ਫਿਰਾ ਲਿਆਉਣਾ ਥੋੜ੍ਹਾ ਇਹਨੂੰ ਇੱਦਾਂ ਜਿੱਦਾਂ ਕੁਛ ਘੁੰਮ ਘੁੰਮ ਕੇ ਆ ਜਾਂਦੇ ਤਾਂ ਫਿਰ ਸੈੱਟ ਹੋ ਜਾਂਦੀ ਹੁੰਦੀ ਠੀਕ ਹੋ ਜਾਂਦੀ ਹੁੰਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਬੁਲੇਟਿਨ ਪੰਜਾਬ ਬੋਰਡ ਦੇ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਤੇ 97% ਨੰਬਰ ਲੈ ਕੇ ਜ਼ਿਲ੍ਹੇ ਦੇ ਵਿੱਚ ਸੱਤਵਾਂ ਸਥਾਨ ਹਾਸਿਲ ਕਰਨ ਵਾਲੀ ਜਸਪ੍ਰੀਤ ਕੌਰ ਮੇਰੇ ਨਾਲ ਹੈ ਉੱਥੇ ਹੀ ਜੇ ਜਸਪ੍ਰੀਤ ਦੇ ਪਿਤਾ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਨਾਂ ਸਤਨਾਮ ਸਿੰਘ ਹੈ ਜੋ ਕਿ ਇੱਕ ਸਿਕਿਉਰਿਟੀ ਗਾਰਡ ਦੀ ਜੋਬ ਕਰਦੇ ਨੇ ਉਹਨਾਂ ਦੀ ਮਦਰ ਮਨਜੀਤ ਕੌਰ ਜੋ ਕਿ ਇੱਕ ਹਾਊਸ ਵਾਈਫ ਨੇ ਉਹਨਾਂ ਦਾ ਮਾਨ ਵਧਾਇਆ 90% ਉਹਨਾਂ ਨੇ ਨੰਬਰ ਲਏ ਨੇ ਤੇ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸੱਤਵਾਂ ਸਥਾਨ ਹਾਸਿਲ ਕੀਤਾ ਹੈ ਗੱਲਬਾਤ ਕਰਦੇ ਹਾਂ ਜਸਪ੍ਰੀਤ ਸਭ ਤੋਂ ਪਹਿਲਾਂ ਤੇ ਮੈਂ ਰਿਐਕਸ਼ਨ ਜਾਣਨਾ ਚਾਹੁੰਦੀ ਹਾਂ ਰਿਐਕਸ਼ਨ ਕਿਵੇਂ ਦਾ ਸੀਗਾ ਜਦੋਂ 97% ਨੰਬਰ ਆਏ ਮੈਰਿਟ ਦੇ ਵਿੱਚ ਸਥਾਨ ਸੀ ਸਤਵਾਂ ਜ਼ਿਲ੍ਹੇ ਦੇ ਵਿੱਚ ਤੁਸੀਂ ਸਥਾਨ ਲਿਆ ਕਿਵੇਂ ਦਾ ਲੱਗ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਸੀ ਇੱਕ ਸੁਪਨਾ ਸੀ ਜਿਵੇਂ ਇੱਕ ਸੱਚ ਹੋ ਗਿਆ ਤੇ ਮੇਰੇ ਟੀਚਰਸ ਬਹੁਤ ਹੈਪੀ ਸੀ ਇਹਦੇ ਨਾਲ ਤੇ ਉਹ ਬਹੁਤ ਇਨਕਰੇਜ ਕਰਦੇ ਆ ਹਮੇਸ਼ਾ ਮੈਨੂੰ ਸਪੋਰਟ ਕਰਦੇ ਆ ਤੇ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਸੀ ਔਰ ਜਿਹੜੇ ਨਾਲ ਰਿਲੇਟਿਵ ਫਰੈਂਡਸ ਸਾਰੇ ਬਹੁਤ ਹੀ ਖੁਸ਼ ਸੀ ਇਸ 97% ਜਿਹੜੇ ਸਕੋਰ ਸੀ ਜੋ ਮੈਂ ਹਾਸਿਲ ਕੀਤੇ ਉਹਨਾਂ ਲਈ ਸਭ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀ ਸਭ ਤੋਂ ਪਹਿਲਾਂ ਕਿਹਨਾਂ ਨਾਲ ਰਿਜ਼ਲਟ ਸਾਂਝਾ ਕੀਤਾ ਜੋ ਰਿਜ਼ਲਟ ਆਇਆ ਆਪਣੇ ਮਦਰ ਨੂੰ ਦੱਸਿਆ ਫਾਦਰ ਨੂੰ ਸਿਸਟਰ ਨੂੰ ਕਿਹਨਾਂ ਨੂੰ ਸਭ ਤੋਂ ਪਹਿਲਾਂ ਦੱਸਿਆ ਸੀ ਮੈਂ ਸਭ ਤੋਂ ਪਹਿਲਾਂ ਸਿਸਟਰ ਨੂੰ ਰਿਜ਼ਲਟ ਦੱਸਿਆ ਫਿਰ ਉਹ ਬਹੁਤ ਖੁਸ਼ ਹੋਏ ਫਿਰ ਉਸ ਤੋਂ ਬਾਅਦ ਮੈਮ ਨੇ ਸਕੂਲ ਹੀ ਸ਼ੋਅ ਹੋਇਆ ਸਾਰਾ ਰਿਜ਼ਲਟ ਉਸ ਤੋਂ ਬਾਅਦ ਮੈਮ ਨੇ ਪਾਪਾ ਨੂੰ ਵੀ ਕਾਲ ਕੀਤੀ ਫਿਰ ਉਹਨਾਂ ਨੂੰ ਦੱਸਿਆ ਅਤੇ ਉਹ ਵੀ ਬਹੁਤ ਇਸ ਲਈ ਬਹੁਤ ਖੁਸ਼ ਸੀਗੇ ਅਤੇ ਉਸ ਤੋਂ ਬਾਅਦ ਮੇਰੇ ਸਕੂਲ ਵਾਲਿਆਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਅਤੇ ਸਭ ਵੈਰੀ ਹੈਪੀ ਸੀ ਰਿਜ਼ਲਟ ਨਰਵਸਨੈਸ ਕਿੰਨੀ ਸੀ ਕਿਉਂਕਿ ਥਰਸਡੇ ਨੂੰ ਹੀ ਇਹ ਕਹਿ ਦਿੱਤਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਰਿਜ਼ਲਟ ਆ ਜਾਣਾ 11:30 ਵਜੇ ਦੇ ਕਰੀਬ ਰਿਜ਼ਲਟ ਆਏਗਾ ਜਿੰਨਾ ਕੁ ਸਮਾਂ ਰਹਿੰਦਾ ਸੀ ਵਿਚਾਲੇ ਕਿੰਨੀ ਕੁ ਧੜਕਣ ਵਧੀ ਹੋਈ ਸੀ ਕਿੰਨੀ ਕੁ ਨਰਵਸਨੈਸ ਲੱਗ ਰਹੀ ਸੀ ਮੈਮ ਨਰਵਸਨੈਸ ਮੈਂ ਬਹੁਤ ਸੀ ਪੂਰੇ ਸਾਲ ਦੀ ਮਿਹਨਤ ਸੀ ਉਹਨੂੰ ਮੁੱਖ ਰੱਖਦਿਆਂ ਬਹੁਤ ਜ਼ਿਆਦਾ ਨਰਵਸਨੈਸ ਸੀ ਉਸ ਤੋਂ ਪਹਿਲਾਂ ਜਿੱਦਾਂ ਇੱਕ ਰਾਤ ਤਾਂ ਮੈਨੂੰ ਨੀਂਦ ਹੀ ਨਹੀਂ ਆਈ ਸੀ ਪਰ ਫਿਰ ਸਵੇਰ ਨੂੰ ਜਦੋਂ ਫਿਰ ਮੈਮ ਹੌਲੀ ਹੌਲੀ ਸਕੂਲ ਗਏ ਤਾਂ ਉਸ ਤੋਂ ਬਾਅਦ ਸਾਰੇ ਫਰੈਂਡਸ ਸੀਗੇ ਫਿਰ ਆਪਸ 'ਚ ਅਸੀਂ ਜਿੱਦਾਂ ਇਕੱਠੇ ਰਹਿੰਦੇ ਹੁੰਦੇ ਉਸ ਥੋੜ੍ਹਾ ਜਿਹਾ ਠੀਕ ਲੱਗਾ ਬਟ ਜਦੋਂ ਮੈਮ ਨੇ ਦੱਸਿਆ ਤਾਂ ਉਸ ਤੋਂ ਬਾਅਦ ਤਾਂ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਸਟੱਡੀ ਨੂੰ ਸਮਾਂ ਕਿੰਨਾ ਦਿੰਦੇ ਸੀ ਕਿਉਂਕਿ 97% ਨੰਬਰ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਇੰਨੇ ਵਧੀਆ ਨੰਬਰ ਆਏ ਨੇ ਜ਼ਿਲ੍ਹੇ ਦੇ ਵਿੱਚ ਸਥਾਨ ਆਇਆ ਟਾਈਮ ਕਿੰਨਾ ਦਿੰਦੇ ਸਟੱਡੀ ਨੂੰ ਮੈਮ ਸਟੱਡੀ ਨੂੰ ਸਾਰਾ ਦਿਨ ਤਾਂ ਨਹੀਂ ਦਿੰਦੀ ਸੀ ਬਟ ਸਕੂਲ ਤੋਂ ਬਾਅਦ 2-4 ਘੰਟੇ ਤਾਂ ਸਟੱਡੀ ਨੂੰ ਹੀ ਦਿੱਤੇ ਜਾਂਦੇ ਸੀ ਅਤੇ ਉਹ ਜੋ ਜਿਹੜੇ 2-4 ਘੰਟੇ ਹੁੰਦੇ ਸੀ ਪਰ ਉਹ ਪੂਰੇ ਮਨ ਲਗਾ ਕੇ ਸਟੱਡੀ ਨੂੰ ਦਿੰਦੀ ਸੀ ਮੈਂ ਅਤੇ ਪੇਪਰਾਂ ਦੇ ਨੇੜੇ ਤੇੜੇ ਜ਼ਿਆਦਾ ਹੋ ਗਿਆ ਸੀ ਉਹ ਟਾਈਮ ਥੋੜ੍ਹਾ ਵਧਾ ਦਿੱਤਾ ਸੀ ਦੋ ਘੰਟੇ ਹੋਰ ਪਲੱਸ ਕਰ ਦਿੱਤੇ ਸੀ ਉਹਦੇ 'ਚ ਅਤੇ ਹਾਂਜੀ ਫੇਵਰੇਟ ਸਬਜੈਕਟ ਕਿਹੜਾ ਸੀ 10th ਤੱਕ ਮੈਮ 10th ਤੱਕ ਮੈਥਸ ਮੈਥਸ ਮੇਰਾ ਫੇਵਰੇਟ ਸਬਜੈਕਟ ਰਿਹਾ ਅਤੇ ਮੈਥਸ ਵਾਲੇ ਮੈਮ ਰੇਖਾ ਮੈਮ ਉਹ ਮੇਰੇ ਆਲਵੇਜ਼ ਫੇਵਰੇਟ ਅਤੇ ਬਾਕੀ SS ਵੀ ਵਧੀਆ ਰਹੀ ਸਾਇੰਸ ਵੀ ਵਧੀਆ ਚੱਲਦੀ ਸੀ ਸਾਰੇ ਸਬਜੈਕਟ ਬੈਲੈਂਸ ਹੁੰਦੇ ਗਏ ਨਾਲ ਹੁਣ ਮੈਥ ਨੂੰ ਅੱਗੇ ਚੱਲ ਕੇ ਤੁਸੀਂ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਮੈਥ ਵਿੱਚ ਵੀ ਕੁਛ ਅਜਿਹਾ ਕਰਨਾ ਚਾਹੁੰਦੇ ਹੋ ਕਿ ਜਿਹੜੀ ਚੀਜ਼ ਆਪਣਾ ਸ਼ੌਂਕ ਹੈ ਜਾਂ ਜੋ ਚੀਜ਼ ਚੰਗੀ ਲੱਗਦੀ ਹੈ ਉਹਨੂੰ ਹੀ ਕਰੀਅਰ ਬਣਾਉਣਾ ਚਾਹੀਦਾ ਤੁਸੀਂ ਮੈਥ ਨੂੰ ਲੈ ਕੇ ਅੱਗੇ ਚੱਲ ਰਹੇ ਹੋ ਕਰੀਅਰ ਦੇ ਵਿੱਚ ਹਾਂਜੀ ਮੈਮ ਮੈਂ ਚੱਲ ਰਹੀ ਹਾਂ ਮੈਂ ਨੋਨ ਮੈਡੀਕਲ ਸਟ੍ਰੀਮ ਲੈ ਲਈ ਹੈ ਅਤੇ ਉਹਦੇ ਵਿੱਚ ਮੈਥਸ ਨੂੰ ਮੈਂ ਮੈਥਸ ਫਿਜ਼ਿਕਸ ਕੈਮਿਸਟਰੀ ਕਰ ਰਹੀ ਹਾਂ ਅਤੇ ਹੌਲੀ ਹੌਲੀ ਅਗਾਂਹ ਦੇਖੂੰਗੀ ਕਿ ਮੈਥਸ ਨੂੰ ਹੀ ਆਪਣੇ ਅਗਾਂਹ ਲਾਈਫ 'ਚ ਫਿਊਚਰ ਬਾਰੇ ਮੈਥਸ 'ਚ ਕਰਾਂ ਜੇ ਆਪਾਂ ਕਰੀਅਰ ਦੀ ਗੱਲ ਕਰੀਏ ਤਾਂ ਹਾਲੇ ਤਾਂ ਤੁਸੀਂ ਕਾਫੀ ਛੋਟੇ ਹੋ ਜਿਵੇਂ 10th ਕਲੀਅਰ ਹੋਈ ਹੈ ਤੁਹਾਡੀ 12th ਕਰਨੀ ਹੈ 11-12 ਦੀ ਤੁਸੀਂ ਹਾਲੇ ਸਟੱਡੀ ਕਰ ਰਹੇ ਹੋ ਉਸ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਫਿਊਚਰ ਦੇ ਵਿੱਚ ਕੀ ਕਰੀਅਰ ਦੇ ਵਿੱਚ ਕੀ ਬਣਨ ਦਾ ਸੁਪਨਾ ਰੱਖ ਰਹੇ ਹੋ ਮੈਮ ਇੱਕ ਤਾਂ ਪਲਾਨ ਹੈ ਕਿ ਇੰਜੀਨੀਅਰਿੰਗ ਜਿਹੜੇ ਕਿ ਮੈਨੂੰ ਵਧੀਆ ਲੱਗਦੇ ਆ ਸ਼ੌਂਕ ਵੀ ਇੰਜੀਨੀਅਰਿੰਗ ਦਾ ਅਤੇ ਫਿਊਚਰ ਵਿੱਚ ਸ਼ਾਇਦ ਮੈਂ ਇੰਜੀਨੀਅਰਿੰਗ ਕਰਾਂ ਬਟ ਨਹੀਂ ਪਲਾਨ ਬੀ ਵੀ ਰੱਖਿਆ ਹੋਇਆ ਅਗਰ ਜੇ ਹੋ ਸਕੇ ਤਾਂ ਮੈਂ ਕੋਈ ਕੰਪੀਟੀਟਿਵ ਐਗਜ਼ਾਮ ਵੀ ਦੇ ਦੂੰਗੀ ਹੋਰ ਕੀ ਕੀ ਹੋਬੀਜ਼ ਨੇ ਜਸਪ੍ਰੀਤ ਦੀਆਂ ਹੋਰ ਕੀ ਕੀ ਕਰਨਾ ਪਸੰਦ ਹੈ ਸਟੱਡੀ ਤੋਂ ਇਲਾਵਾ ਮੈਂ ਮੈਨੂੰ
ਨੂੰ ਟਰੈਵਲਿੰਗ ਦਾ ਬਹੁਤ ਸ਼ੌਂਕ ਹੈ, ਦੈਨ ਡਾਂਸਿੰਗ ਵੀ, ਸਿੰਗਿੰਗ ਵੀ, ਔਰ ਜੋ ਵੀ ਸਾਡੇ ਸਕੂਲ ਐਕਟੀਵਿਟੀਜ਼ ਹੁੰਦੇ ਨੇ ਮੈਂ ਹਮੇਸ਼ਾ ਪਾਰਟੀਸਪੇਟ ਕਰਦੀ ਹਾਂ ਉਹਦੇ ਵਿੱਚ, ਅਤੇ ਸਟੱਡੀ ਵੀ ਨਾਲ ਨਾਲ ਕੰਟੀਨਿਊ ਕਰਦੀ ਹਾਂ, ਅਤੇ ਬਾਸਕਿਟਬਾਲ ਮੇਰਾ ਫੇਵਰੇਟ ਗੇਮ ਹੈ ਸਪੋਰਟਸ 'ਚ। ਬਾਸਕਿਟਬਾਲ ਦੇ ਵਿੱਚ ਫਿਰ ਜਿੱਦਾਂ ਕੁਝ ਕੰਪੀਟੀਸ਼ਨ ਵਗੈਰਾ 'ਚ ਜਾਂਦੇ ਹੋ? ਨਹੀਂ ਮੈਮ, ਮੈਂ ਸਿਰਫ ਜੋ ਸਕੂਲ ਹੋਏ ਸੀ ਨਾ ਕੰਪੀਟੀਸ਼ਨ, ਬਸ ਉਹਦੇ ਵਿੱਚ ਇੱਕ ਵਾਰ ਪਾਰਟੀਸਪੇਟ ਕੀਤਾ ਸੀ, ਪਰ ਜਦੋਂ ਸਾਡਾ ਪੀਰੀਅਡ ਲੱਗਦਾ ਹੁੰਦਾ ਸਪੋਰਟਸ ਦਾ ਉਦੋਂ ਫਿਰ ਮੈਂ ਪਰਫੋਰਮ ਕਰ ਲੈਂਦੀ ਹਾਂ। ਸਟ੍ਰੈਸ ਦੇ ਲਈ ਜਸਪ੍ਰੀਤ ਕੀ ਕੁਝ ਕਰਦੇ ਨੇ? ਕਿਉਂਕਿ ਜਦੋਂ ਆਪਾਂ ਸਟੱਡੀ ਕਰਦੇ ਹਾਂ ਤਾਂ ਕਈ ਵਾਰ ਸਟ੍ਰੈਸ ਹੋ ਜਾਂਦਾ ਹੈ, ਆਪਾਂ ਨੂੰ ਕੋਈ ਚੀਜ਼ ਨਹੀਂ ਯਾਦ ਹੋ ਰਹੀ ਹੈ, ਤਾਂ ਕਿਵੇਂ ਫਿਰ ਉਸ ਨਾਲ ਟੈਕਲ ਕਰਦੇ ਹੋ? ਕੀ ਕੁਝ ਤੁਸੀਂ ਹੋਰ ਕਰਦੇ ਹੋ ਤਾਂ ਕਿ ਸਟ੍ਰੈਸ ਮੈਨੇਜ ਰਹੇ ਸਟੱਡੀ ਵੀ, ਕਿਉਂਕਿ ਆਪਾਂ ਕਰਨੀ ਹੈ ਲਗਾਤਾਰ, ਆਪਾਂ ਪੜ੍ਹਨਾ ਵੀ ਹੈ। ਹਾਂਜੀ ਮੈਮ, ਸਟ੍ਰੈਸ ਲਈ ਮੈਂ ਥੋੜ੍ਹਾ ਟਾਈਮ ਮਤਲਬ ਬਾਹਰ ਆਪਣਾ ਨੇਚਰ ਥੋੜ੍ਹਾ ਬਾਹਰ ਘੁੰਮ ਫਿਰ ਲੈਣਾ, ਜਾਂ ਫਿਰ ਥੋੜ੍ਹਾ ਟਾਈਮ ਫੋਨ 'ਤੇ ਕੁਛ ਸੋਸ਼ਲ ਮੀਡੀਆ ਨਾਲ ਅਟੈਚ ਰਹਿਣਾ, ਇਸ ਕਰਕੇ। ਬਾਕੀ ਨਹੀਂ ਤਾਂ ਸਟ੍ਰੈਸ ਨੂੰ ਨਹੀਂ ਤਾਂ ਕੋਈ ਕੁਕਿੰਗ ਕਰ ਲੈਣੀ, ਟੀ ਆਪਣੇ ਲਈ ਚਾਹ ਬਣਾ ਲੈਣੀ, ਤਾਂ ਇੱਦਾਂ ਦੇ ਛੋਟੇ ਮੋਟੇ ਸ਼ੌਂਕ ਨੇ। ਹਾਂਜੀ ਜਸਪੋ, ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਿਤਾ ਤੁਹਾਡੇ ਸਕਿਉਰਿਟੀ ਗਾਰਡ ਦੀ ਜੋਬ ਕਰਦੇ ਨੇ, ਇੰਨੀ ਮਿਹਨਤ ਕਰ ਰਹੇ ਨੇ ਤੁਹਾਡੇ ਲਈ, ਮਦਰ ਹਾਊਸ ਵਾਈਫ ਨੇ, ਤੁਹਾਡੇ ਮੋਰਲ ਸਪੋਰਟ ਹੁੰਦੇ ਨੇ। ਸਿਸਟਰ ਦੀ ਗੱਲ ਕਰੀਏ ਤਾਂ ਸਿਸਟਰ ਵੀ ਸਟੱਡੀ ਕਰ ਚੁੱਕੇ ਨੇ, ਉਹ ਵੀ ਜੋਬ ਕਰ ਰਹੇ ਨੇ, ਉਹ ਵੀ ਇੱਕ ਮੋਰਲ ਸਪੋਰਟ ਹੁੰਦਾ ਸਾਡੇ ਲਈ। ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਦੀ ਸਪੋਰਟ ਨੂੰ, ਅਤੇ ਅੱਗੇ ਫਿਊਚਰ ਦੇ ਵਿੱਚ ਕਿਵੇਂ ਦੀ ਸਪੋਰਟ ਚਾਹੁੰਦੇ ਹੋ ਪਰਿਵਾਰ ਤੋਂ? ਮੈਮ ਮੈਂ ਦੇਖਦੀ ਹਾਂ ਕਿ ਕਾਫੀ ਹਾਰਡ ਵਰਕਿੰਗ ਨੇ, ਮੇਰੇ ਪਾਪਾ ਵੀ, ਮੇਰੇ ਮੰਮਾ ਵੀ, ਮੇਰੀ ਸਿਸਟਰ ਵੀ ਮੇਰੇ ਲਈ ਬਹੁਤ ਕੁਛ ਕਰਦੇ ਨੇ, ਅਤੇ ਮੈਂ ਵੀ ਇਹੀ ਸਪੋਰਟ ਕਰੂੰਗੀ ਕਿ ਮੈਂ ਆਪਣੀ ਸਟੱਡੀ ਤੋਂ ਬਾਅਦ ਵੀ ਮੈਂ ਵੀ ਉਹਨਾਂ ਨੂੰ ਜਿੰਨੀ ਵੀ ਹੋ ਸਕੇ ਮੈਂ ਉਹਨਾਂ ਨੂੰ ਸਪੋਰਟ ਕਰੂੰਗੀ, ਅਤੇ ਇਸੇ ਲਈ ਹੁਣ ਵੀ ਮੈਂ ਮਿਹਨਤ ਕੀਤੀ ਹੈ ਅਤੇ ਮੈਂ ਅਗਾਂਹ ਵੀ ਮਿਹਨਤ ਕਰੂੰਗੀ। ਸਫਲਤਾ ਦਾ ਕ੍ਰੈਡਿਟ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ, ਫੈਮਿਲੀ ਨੂੰ, ਸਕੂਲ ਨੂੰ, ਜਾਂ ਫਿਰ ਕਿਸ ਨੂੰ ਦੇਣਾ ਚਾਹੁੰਦੇ ਹੋ? ਮੈਮ ਸਫਲਤਾ ਦਾ ਕ੍ਰੈਡਿਟ ਮੇਰੇ ਟੀਚਰਸ ਨੂੰ ਵੀ ਜਾਂਦਾ, ਮੇਰੇ ਪੇਰੈਂਟਸ ਨੂੰ ਵੀ, ਅਤੇ ਮੇਰੇ ਫਰੈਂਡਸ ਨੂੰ ਵੀ। ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ, ਰੇਖਾ ਮੈਮ, ਰੁਪਿੰਦਰ ਮੈਮ, ਜਿੰਨੇ ਵੀ ਸਾਰੇ ਮੈਮ ਸੀ, ਪ੍ਰਿੰਸੀਪਲ ਮੈਮ, ਸਾਰੇ ਮੈਮ ਨੇ ਮੈਨੂੰ ਬਹੁਤ ਸਪੋਰਟ ਕੀਤੀ, ਹਰ ਵੇਲੇ ਮੈਨੂੰ ਕਿਹਾ ਕਿ ਨਹੀਂ ਤੂੰ ਕਰ ਸਕਦੀ ਹਾਂ, ਤੂੰ ਮੈਰਿਜ 'ਚ ਆ ਸਕਦੀ ਹਾਂ, ਅਤੇ ਉਹਨਾਂ ਦੇ ਕਰਕੇ ਅੱਜ ਮੈਂ ਇੱਥੇ ਹਾਂ। ਬਾਕੀ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਬੋਰਡ ਦੀ ਸਟੱਡੀ ਪੜ੍ਹ ਰਹੇ ਨੇ, ਜਾਂ ਫਿਰ ਉਹਨਾਂ ਐਡਮਿਸ਼ਨਸ ਲੈਣੀਆਂ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਉਹਨਾਂ ਨੂੰ ਕਈ ਵਾਰ ਲੱਗਦਾ ਕਿ ਮੈਰਿਟ 'ਚ ਆਉਣਾ ਬਹੁਤ ਜ਼ਿਆਦਾ ਟਫ ਆ ਜਾਂ ਨਹੀਂ ਹੋ ਸਕਦਾ, ਬਟ ਉਹਨਾਂ ਨੂੰ ਇਹੀ ਹੈ ਕਿ ਤੁਸੀਂ ਰੋਜ਼ ਪ੍ਰੈਕਟਿਸ ਕਰੋ, ਤੁਸੀਂ ਜ਼ਰੂਰ ਮੈਰਿਟ 'ਚ ਆ ਸਕਦੇ ਆ। ਅਗਰ ਤੁਹਾਨੂੰ ਕੋਈ ਸਬਜੈਕਟ ਔਖਾ ਲੱਗਦਾ ਤਾਂ ਫਿਰ ਤੁਸੀਂ ਯੂਟਿਊਬ ਵਗੈਰਾ ਸਾਡੇ ਤੋਂ ਬਹੁਤ ਆ, ਤਾਂ ਆਪਾਂ ਉੱਥੋਂ ਮਤਲਬ ਯੂਟਿਊਬ ਤੋਂ ਉਹ ਚੀਜ਼ ਨੂੰ ਸੋਲਵ ਕਰ ਸਕਦੇ, ਨਹੀਂ ਤਾਂ ਆਪਣੇ ਟੀਚਰਸ ਆਪਣੇ ਕੋਲ ਹੈ, ਹਮੇਸ਼ਾ ਹੈਗੇ ਅਵੇਲੇਬਲ, ਅਤੇ ਆਪਾਂ ਉਹਨਾਂ ਤੋਂ ਪੁੱਛ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹਾਂ, ਅਤੇ ਮੈਰਿਟ 'ਚ ਆਉਣਾ ਕੋਈ ਔਖਾ ਨਹੀਂ ਹੈਗਾ। ਅਤੇ ਮੇਰੇ ਨਾਲ ਜਸਪ੍ਰੀਤ ਮੌਜੂਦ ਸੀਗੀ, ਜੋ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ। ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਗੱਲਬਾਤ ਕੀਤੀ ਹੈ। ਮੇਰੇ ਨਾਲ ਜਸਪ੍ਰੀਤ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ, ਪੇਰੈਂਟਸ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਆਪਣੀ ਬੇਟੀ ਦੀ ਸਫਲਤਾ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ, ਆਪਣੀ ਬੇਟੀ ਦੇ ਬੇਟੀ ਨੇ ਉਹਨਾਂ ਦਾ ਮਾਣ ਵਧਾਇਆ ਉਸ ਦੇ ਉੱਪਰ ਉਹਨਾਂ ਦਾ ਕੀ ਕਹਿਣਾ ਹੈ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਜਸਪ੍ਰੀਤ ਦੇ ਮਦਰ ਮਨਜੀਤ ਜੀ ਨਾਲ ਗੱਲ ਕਰਦੀ ਹਾਂ। ਮੈਮ, ਤੁਹਾਡਾ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਰਿਜ਼ਲਟ ਬਾਰੇ ਪਤਾ ਲੱਗਾ, ਬੇਟੀ ਸਕੂਲ ਦੇ ਵਿੱਚ ਸੀ, ਇੰਨਾ ਮਾਣ ਵਧਾਇਆ ਤੁਹਾਡਾ, ਪੂਰੇ ਜ਼ਿਲ੍ਹੇ ਦੇ ਵਿੱਚ 7ਵਾਂ ਸਥਾਨ ਲਿਆ, ਕੀ ਰਿਐਕਸ਼ਨ ਸੀ ਤੁਹਾਡਾ? ਮੈਮ, ਉਸ ਵੇਲੇ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਸਾਡੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਸੀਗਾ, ਸਾਨੂੰ ਸਮਝ ਨਹੀਂ ਆਉਂਦੀ ਸੀ ਕਿ ਅਸੀਂ ਹੁਣ ਇਸ ਟਾਈਮ ਕਰੀਏ ਕੀ, ਜਦੋਂ ਸਾਨੂੰ ਜੱਸ ਦਾ ਪਤਾ ਲੱਗਾ। ਅਤੇ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਮੈਡਮ ਨੂੰ ਫੋਨ ਕੀਤਾ, ਫਿਰ ਮੈਡਮ ਵੀ ਬਹੁਤ ਖੁਸ਼ ਸੀਗੇ, ਇਹਦੇ ਸਕੂਲ ਟੀਚਰ ਸਾਰੇ, ਸਟੂਡੈਂਟ ਸਾਰੇ ਬਹੁਤ ਖੁਸ਼ ਸੀਗੇ। ਮੈਮ, ਨਰਵਸਨੈਸ ਕਿੰਨੀ ਸੀ ਜਦੋਂ, ਕਿਉਂਕਿ ਬੇਟੀ ਦਾ ਜਾਂ ਫਿਰ ਬੱਚਿਆਂ ਦਾ ਰਿਜ਼ਲਟ ਆਉਣਾ ਹੁੰਦਾ, ਮਾਂ ਨੂੰ ਸਭ ਤੋਂ ਵੱਧ ਟੈਨਸ਼ਨ ਹੁੰਦੀ ਹੈ, ਕਿੰਨੀ ਕੁ ਟੈਨਸ਼ਨ ਸੀ ਤੁਹਾਨੂੰ? ਮੈਮ, ਮੈਨੂੰ ਬਹੁਤ ਟੈਨਸ਼ਨ ਸੀਗੀ, ਬਹੁਤ ਜ਼ਿਆਦਾ ਸੀਗੀ, ਜਿੱਦਾਂ ਮੈਨੂੰ ਇੱਦਾਂ ਲੱਗਦਾ ਸੀ ਪਤਾ ਨਹੀਂ ਕਿੱਦਾਂ ਹੋਣੀ ਕਿੱਦਾਂ ਹੋਣੀ, ਇੱਦਾਂ ਮਹਿਸੂਸ ਇੱਦਾਂ ਹੁੰਦਾ ਸੀ। ਹਾਂਜੀ ਮੈਮ, ਜਦੋਂ ਸਟ੍ਰੈਸ ਲੈਂਦੀ ਹੈ ਤਾਂ ਕਿਵੇਂ ਉਹਨਾਂ ਦਾ ਸਾਥ ਦੇ ਦਿੱਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਸਪੋਰਟ ਕਰਦੇ ਹੋ ਕਿ ਨਹੀਂ ਕੋਈ ਟੈਨਸ਼ਨ ਨਹੀਂ ਲੈਣੀ, ਅਸੀਂ ਤੁਹਾਡੇ ਨਾਲ ਹਾਂ, ਕਿਵੇਂ ਸਟੱਡੀ ਨੂੰ ਲੈ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ? ਮੈਮ, ਜਦੋਂ ਇਹ ਇੱਦਾਂ ਟੈਨਸ਼ਨ ਲੈਂਦੀ ਹੁੰਦੀ, ਅਸੀਂ ਇਹਨੂੰ ਫਿਰ ਬਾਹਰ ਲੈ ਜਾਂਦੇ ਹੁੰਦੇ ਇਹਦੇ ਪਾਪਾ, ਫਿਰ ਇਹਨੂੰ ਇੱਦਾਂ ਘੁੰਮਾ ਫਰਾ ਲਿਆਉਣਾ, ਥੋੜ੍ਹਾ ਇਹਨੂੰ ਇੱਦਾਂ ਜਿੱਦਾਂ ਕੁਛ ਘੁੰਮ ਘੁੰਮ ਕੇ ਆ ਜਾਵੇ ਤਾਂ ਫਿਰ ਸੈੱਟ ਹੋ ਜਾਂਦੀ ਹੁੰਦੀ, ਠੀਕ ਹੋ ਜਾਂਦੀ ਹੁੰਦੀ। ਹਾਂਜੀ, ਮੇਰੇ ਨਾਲ ਜਸਪ੍ਰੀਤ ਦੇ ਪਿਤਾ ਵੀ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨਾ। ਸਰ, ਤੁਸੀਂ ਇੱਕ ਬਹੁਤ ਮਿਹਨਤੀ ਕੀਤਾ ਹੈ ਤੁਹਾਡਾ, ਤੁਸੀਂ ਸਿਕਿਉਰਿਟੀ ਗਾਰਡ ਦੀ ਜੋਬ ਕਰਦੇ ਹੋ, ਆਪਣੀ ਬੇਟੀ ਨੇ ਤੁਹਾਡੀ ਬੇਟੀ ਨੇ ਤੁਹਾਡਾ ਮਾਣ ਵਧਾਇਆ, ਸਭ ਤੋਂ ਪਹਿਲਾਂ ਤਾਂ ਮੈਂ ਰਿਐਕਸ਼ਨ ਜਾਣਨਾ ਚਾਹੁੰਦੀ ਹਾਂ। ਸਾਨੂੰ ਤਾਂ ਬਹੁਤ ਖੁਸ਼ੀ ਹੈ ਜੀ, ਇਹਨੇ ਆਪਣੀ ਲੜਕੀ ਨੇ ਆਪਣੀ ਸੈਲਫ ਮਿਹਨਤ ਦੇ ਨਾਲ ਸਾਰਾ ਕੁਛ ਕੀਤਾ ਨਾ, ਅਸੀਂ ਤਾਂ ਸਿਰਫ ਇੱਕ ਇਹਦਾ ਆਸਰਾ ਹੀ ਸੀਗੇ ਹੈਗੇ, ਬਾਕੀ ਜੋ ਵੀ ਉਹਨਾਂ ਨੇ ਕੀਤਾ ਆਪਣੀ ਪੜ੍ਹਾਈ ਲਿਖਾਈ ਆਪਣੇ ਤੌਰ 'ਤੇ ਮਿਹਨਤ ਕਰਕੇ, ਸਕੂਲ ਦੀ ਸਪੋਰਟ ਨਾਲ, ਮੈਡਮਾਂ ਦੀ ਸਪੋਰਟ ਨਾਲ ਇੱਥੋਂ ਤੱਕ ਪਹੁੰਚੇ। ਸਰ, ਜਦੋਂ ਰਿਜ਼ਲਟ ਆਇਆ ਹੋਏਗਾ, ਤੁਸੀਂ ਆਪਣੇ ਕੰਮ 'ਤੇ ਹੋਵੋਗੇ, ਜਦੋਂ ਤੁਹਾਨੂੰ ਪਤਾ ਲੱਗਾ ਤਾਂ ਤੁਹਾਡੇ ਆਲੇ ਦੁਆਲੇ
हाँ जी बहुत जिन्हें भी साढ़े फ्रेंड्स से जिन्हें भी साढ़े गली मोहल्ले वाले से सारे ने सू बहुत अपनी मुबारक दी है उन्होंने बहुत खुशी हुई जिदा मन में सुन के भी साड़ी बेटी मोहल्ले की शंकर की जानी अपनी स्टेट चो आई हैगी अपनी डिस्ट्रिक्ट आई हैगी बहुत खुश थी सारे से। हाँ जी सर तुसी इन्नी मेहनत करते हो मदर इन्ना वधिया रोल निभा रहे ने इत्थे तक पहुंची है अगे अगां किवें उन्हां नूं सपोर्ट कर रहे हो क्योंकि अगे उह इंजीनियर बनने दा सुपना रखदे ने अगां किवें उन्हां दी सपोर्ट रहेगी परिवार दी साडी भी साडे लई फुल सपोर्ट रहेगी जिन्ना भी उह करना चाहुण अपनी मेहनत दे सिर ते ने जिथे जाणा करना हैगा बाकी उन्हां दे सिर ते ज्यादा है कि उन्हें पढ़ना हैगा असीं बिलकुल खाली सपोर्ट करांगे जिन्नी साडी दिलों अपनी यूनिवर्स कर सकदे ने। मेरे नाल जसप्रीत दे सिस्टर भी मौजूद ने असीं उन्हां नाल भी गलबात करदे आ लवप्रीत मौजूद ने लवप्रीत मैं रिएक्शन जानना चाहुंदी हां क्योंकि ਉਹਨਾਂ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਮੈਂ ਜਦੋਂ ਰਿਜ਼ਲਟ ਸੀ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ? ਮੈਨੂੰ ਬਹੁਤ ਵਧੀਆ ਲੱਗਿਆ ਸੀਗਾ ਜਦੋਂ ਇਹਨੇ ਮੈਨੂੰ ਫੋਨ ਕੀਤਾ ਤੇ ਇਹਦੇ ਮੈਡਮ ਵੀ ਬਹੁਤ ਖੁਸ਼ ਸੀਗੇ ਉਹਨਾਂ ਦਾ ਵੀ ਬਹੁਤ ਸਾਨੂੰ ਸਪੋਰਟ ਸੀਗਾ ਉਹ ਇਹਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਸਕੂਲ ਵੱਲੋਂ ਵੀ ਇੱਥੋਂ ਘਰੋਂ ਵੀ ਸਾਰੇ ਸਪੋਰਟ ਕਰਦੇ ਇਹਨੂੰ ਬਹੁਤ ਵਧੀਆ ਸਾਰੇ ਮੁਹੱਲੇ ਵਾਲੇ ਖੁਸ਼ ਸੀਗੇ ਸਕੂਲ ਵਾਲੇ ਢੋਲ ਨਾਲ ਇਹਨੂੰ ਲੈ ਕੇ ਆਉਂਦਾ ਘਰੇ ਸਾਰੇ ਨੱਚਦੇ ਟੱਪਦੇ ਲੈ ਕੇ ਆਏ ਬਸ ਬਹੁਤ ਵਧੀਆ ਲੱਗਾ। ਹਾਂਜੀ ਲਵਪ੍ਰੀਤ ਭੈਣਾਂ ਦਾ ਪਿਆਰ ਇੱਕ ਬਹੁਤ ਉਹ ਹੁੰਦਾ ਹੈ ਕਿ ਇੱਕ ਦੂਸਰੇ ਨੂੰ ਕੋਈ ਵੀ ਦਿੱਕਤ ਹੋਵੇ ਭਾਵੇਂ ਲੜ ਵੀ ਲਈਏ ਪਰ ਹਰ ਇੱਕ ਗੱਲ ਜਿਹੜੀ ਹੈ ਅਸੀਂ ਆਪਣੀ ਭੈਣ ਨਾਲ ਹੀ ਸ਼ੇਅਰ ਕਰਦੇ ਹਾਂ ਤਾਂ ਕਦੇ ਇੱਦਾਂ ਹੋਵੇ ਕਿ ਇਹ ਬਹੁਤ ਲੋਅ ਫੀਲ ਕਰ ਰਹੇ ਨੇ ਸਟੱਡੀ ਦੇ ਵਿੱਚ ਇਹਨਾਂ ਕੋਲ ਨਹੀਂ ਪੜ੍ਹਿਆ ਜਾ ਰਿਹਾ ਤੁਸੀਂ ਉਹਨਾਂ ਨੂੰ ਕਿਵੇਂ ਮੋਟੀਵੇਟ ਕਰਦੇ ਹੋ ਕੋਈ ਇੱਦਾਂ ਦਾ ਕਿੱਸਾ ਹੈ ਜਦੋਂ ਤੁਸੀਂ ਇਹਨਾਂ ਨੂੰ ਮੋਟੀਵੇਟ ਕਰਦੇ ਸੀ ਜਾਂ ਕੁਝ ਅਜਿਹਾ ਹੁੰਦਾ ਸੀ? ਮੈਮ ਅਸੀਂ ਇਹਨੂੰ ਇਹੀ ਕਹਿੰਦੇ ਹੁੰਦੇ ਕਿ ਟੈਨਸ਼ਨ ਨਾ ਲੈ ਥੋੜ੍ਹਾ ਟਾਈਮ ਜਿੱਦਾਂ ਘੁੰਮ ਲਾ ਤੂੰ ਹੋ ਜਾਣਾ ਸੈੱਟ ਵੀ ਕੋਈ ਨਹੀਂ ਰੋਕ ਕੇ ਕਰ ਲਈ ਜੇ ਨਹੀਂ ਕੁਛ ਤੈਨੂੰ ਸਮਝ ਆਉਂਦੀ ਪਰ ਮੈਮ ਇਹਨੇ ਸਾਰਾ ਕੁਛ ਆਪ ਹੀ ਕੀਤਾ ਬਿਨਾਂ ਟਿਊਸ਼ਨ ਤੋਂ ਆਪ ਹੀ ਸਾਰੇ ਸਟੱਡੀ ਕੀਤੀ ਆ ਪੇਪਰ ਆਪ ਆਪਣੀ ਮਿਹਨਤ ਨਾਲ ਦਿੱਤੇ ਆ ਜੋ ਵੀ ਕੁਛ ਨਹੀਂ ਪ੍ਰੋਬਲਮ ਆਉਂਦੀ ਸੀ ਜਾਂ ਫੋਨ ਤੋਂ ਦੇਖ ਲੈਂਦੀ ਸੀ ਜਾਂ ਮੈਡਮ ਨਾਲ ਗੱਲ ਕਰ ਲੈਂਦੀ ਸੀ। ਹੁਣ ਇੰਜੀਨੀਅਰ ਬਣਨ ਦਾ ਸੁਪਨਾ ਰੱਖਦੇ ਨੇ ਭੈਣ ਹੁਣ ਤੁਹਾਡੀ ਜੇ ਉਹ ਆਪਣਾ ਇੰਜੀਨੀਅਰ ਬਣਨ ਦੇ ਸੁਪਨੇ ਨੂੰ ਅੱਗੇ ਲੈ ਕੇ ਚੱਲਦੇ ਨੇ ਤਾਂ ਇੰਜੀਨੀਅਰ ਬਣ ਸਕਦੇ ਨੇ ਉਹਨਾਂ ਦਾ ਕਹਿਣਾ ਕਿ ਮੈਂ ਇੰਜੀਨੀਅਰ ਬਣਨਾ ਚਾਹੁੰਦੀ ਹਾਂ ਪਰਿਵਾਰ ਕਿਵੇਂ ਸਪੋਰਟ ਕਰ ਰਿਹਾ ਇੱਕ ਭੈਣ ਕਿਵੇਂ ਸਪੋਰਟ ਕਰ ਰਹੀ ਹੈ? ਸਾਰੇ ਬਹੁਤ ਵਧੀਆ ਸਪੋਰਟ ਕਰਦੇ ਆ ਫੈਮਿਲੀ 'ਚ ਰਿਸ਼ਤੇਦਾਰ ਵੀ ਸਾਰੇ ਮੈਮ ਬਹੁਤ ਜ਼ਿਆਦਾ ਖੁਸ਼ ਆ ਇਹ ਫਸਟ ਆਈ ਆ ਅਤੇ ਇਹਨੇ ਮੈਰਿਟ ਲਿਸਟ 'ਚ ਨਾਮ ਕਮਾਇਆ ਅਸੀਂ ਬਹੁਤ ਸਾਰੇ ਖੁਸ਼ ਹਾਂ। ਹਾਂਜੀ ਅਤੇ ਮੇਰੇ ਨਾਲ ਜਸਪ੍ਰੀਤ ਅਤੇ ਜਸਪ੍ਰੀਤ ਦੇ ਪਰਿਵਾਰਕ ਮੈਂਬਰ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਜਸਪ੍ਰੀਤ ਦੀ ਪੜ੍ਹਾਈ ਨੂੰ ਲੈ ਕੇ ਗੱਲਬਾਤ ਕੀਤੀ ਹੈ। ਕੈਮਰਾਮੈਨ ਤਰੁਣ ਦੇ ਨਾਲ ਅੰਸ਼ ਚੱਡਾ ਪੰਜਾਬੀ ਬੁਲੇਟਿਨ ਜਲੰਧਰ।